ਪੂਰੇ ਦੇਸ਼ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਦੇ ਨਾਲ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਮਨਾਇਆ ਜਾ ਰਿਹਾ, ਤੁਸੀਂ ਇਸ ਬਾਬਤ ਕੀ ਕਹਿਣਾ ਚਾਹੋ? ਇਹ ਸਾਡੇ ਸਭ ਦੇ ਸ਼ੁਭ ਕਰਮ ਹੈ ਕਿ ਇਸ ਪੀੜ੍ਹੀ ਨੂੰ ਅੱਜ ਇੱਕ ਸ਼ਨ ਦੇਖਣ ਦਾ ਮੌਕਾ ਮਿਲ ਰਿਹਾ ਹੈ। ਤਾਂ ਸਰ ਗੱਲ ਕੀਤੀ ਜਾਏ ਤਾਂ ਸਟਾਕ ਐਕਸਚੇਂਜ ਦੇ ਵੱਲੋਂ ਇਸ ਖਾਸ ਦਿਨ ਨੂੰ ਕਿਸ ਤਰੀਕੇ ਨਾਲ ਮਨਾਇਆ ਜਾ ਰਿਹਾ? ਆਮ ਤੌਰ 'ਤੇ ਅਸੀਂ ਲੋਕ ਇਹ ਵਿਚਾਰ ਰੱਖਦੇ ਹਾਂ ਕਿ ਮੰਦਰ ਨਹੀਂ ਹੋਸਪਿਟਲ ਬਣਾਉਣਾ ਚਾਹੀਦਾ। ਅਸੀਂ ਅੱਜ ਦੇਖ ਪਾ ਰਹੇ ਹਾਂ ਕਿ ਇੱਕ ਮੰਦਰ ਦਾ ਉਸਾਰੀ ਦੇ ਨਾਲ ਕਿਸ ਤਰ੍ਹਾਂ ਸਮਾਜਿਕ, ਧਾਰਮਿਕ, ਰਾਜਨੀਤਿਕ ਜਾਂ ਆਰਥਿਕ ਤੌਰ 'ਤੇ ਹਿੰਦੁਸਤਾਨ ਨੇ ਪਰਿਵਰਤਨ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ। ਇਹ ਤਾਂ ਇੱਕ ਕਿਸਮ ਨਾਲ ਦੀਵਾਲੀ ਤੋਂ ਵੀ ਵੱਧ ਕੇ ਉਤਸਵ ਮਨਾਇਆ ਜਾ ਰਿਹਾ ਹੈਗਾ। ਅਸੀਂ ਤੇ ਸਾਡੀ ਪੁਰਾਣੀ ਜਨਰੇਸ਼ਨ ਨੇ ਮੰਦਰ ਟੁੱਟਦੇ ਹੋਏ ਦੇਖੇ ਸੀਗੇ। ਇਹ ਪਹਿਲੀ ਵਾਰੀ ਹੋ ਰਿਹਾ ਕਿ ਪਰਮਾਤਮਾ ਦੀ ਇੰਨੀ ਕਿਰਪਾ ਹੋਈ ਹੈ ਕਿ ਰਾਮ ਮੰਦਰ ਦਾ ਸਥਾਪਨ ਹੋ ਰਿਹਾ ਤੇ ਸਾਡੇ ਪ੍ਰਿਯ ਮੋਦੀ ਜੀ ਉਸ ਚ ਸਭ ਤੋਂ ਅੱਗੇ ਲੱਗ ਕੇ ਉਹਨਾਂ ਨੇ ਜੋ ਇਹ ਕੰਮ ਕੀਤਾ ਹੈਗਾ, ਉਸ ਜਨਮ ਜਨਮ ਤੱਕ ਸਾਰੀ ਦੁਨੀਆ, ਸਾਰਾ ਦੇਸ਼ ਕਦੇ ਵੀ ਭੁੱਲ ਨਹੀਂ ਸਕਦਾ। ਬਹੁਤ ਵੱਡਾ ਸਾਡੇ ਵਾਸਤੇ ਉਤਸਵ ਦਾ ਤਿਉਹਾਰ। ਸਾਰੀ ਫਿਰੋਜ਼ ਗਾਂਧੀ ਮਾਰਕੀਟ ਰਾਮ ਦੇ ਨਾਮ ਚ ਰੰਗੀ ਗਈ ਹੈ। ਲੋਕ ਇਸ ਵੇਲੇ ਇੰਨਾ ਖੁਸ਼ੀ ਮਹਿਸੂਸ ਕਰ ਰਹੇ ਹੈ, ਸ਼ਾਇਦ ਕਿਸੇ ਦੇ ਆਪਣੇ ਮੁੰਡੇ ਦਾ ਵਿਆਹ ਹੋਵੇ, ਘਰ 'ਚ ਕੋਈ ਪੋਤਾ ਜੰਮਿਆ ਹੋਵੇ। ਇੰਨੀ ਖੁਸ਼ੀ ਨਹੀਂ ਕਦੀ ਮਨਾਈ ਜਿੰਨੀ ਅੱਜ ਲੋਕ ਮਨਾ ਰਹੇ ਹੈ। ਜਨਹਿਤੈਸ਼ੀ ਟੀਆਰਪੀ ਨਹੀਂ ਖਰੀਦਤੇ, ਭਰੋਸਾ ਜੀਤੇ ਹੈ ਹਮ। 22 ਜਨਵਰੀ ਹੈ ਤੇ ਅਯੋਧਿਆ ਦੇ ਵਿੱਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਣ ਜਾ ਰਹੀ ਹੈ, ਤੇ ਜਿਸ ਦੇ ਚਲਦਿਆਂ ਨਾ ਸਿਰਫ ਅਯੋਧਿਆ ਬਲਕਿ ਪੂਰੇ ਹਿੰਦੁਸਤਾਨ ਤੇ ਪੂਰੀ ਦੁਨੀਆ ਦੇ ਵਿੱਚ ਖੁਸ਼ਨੁਮਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਤਾਂ ਇੱਥੇ ਅਸੀਂ ਮੌਜੂਦ ਹਾਂ ਸਟਾਕ ਐਕਸਚੇਂਜ ਦੇ ਬਾਹਰ, ਲੁਧਿਆਣਾ ਸਟਾਕ ਐਕਸਚੇਂਜ ਦੇ ਬਾਹਰ, ਜਿਸ ਦੇ ਵੱਲੋਂ ਇਸ ਦਿਨ ਨੂੰ ਬੜੇ ਹੀ ਉਲਾਸ ਦੇ ਨਾਲ ਮਨਾਇਆ ਜਾ ਰਿਹਾ। ਤਾਂ ਦੇਖ ਸਕਦੇ ਹੋ ਤੁਸੀਂ ਇੱਕ LED ਸਕਰੀਨ ਵੀ ਜਿਹੜੀ ਆ ਲਗਾਈ ਗਈ ਹੈ, ਤੇ ਥੋੜੇ ਹੀ ਸਮੇਂ ਦੇ ਵਿੱਚ ਲੋਕਾਂ ਦੇ ਲਈ ਲੰਗਰ ਦਾ ਵੀ ਜਿਹੜਾ ਪ੍ਰਬੰਧ ਕੀਤਾ ਗਿਆ ਹੈ। ਤਾਂ ਦੇਖਿਆ ਜਾ ਸਕਦਾ ਹੈ ਕਿ ਪੂਰੇ ਦੇਸ਼ ਦੇ ਵਿੱਚ ਕਾਫੀ ਜ਼ਿਆਦਾ ਖੁਸ਼ਨੁਮਾ ਮਾਹੌਲ ਹੈ, ਪ੍ਰਾਣ ਪ੍ਰਤਿਸ਼ਠਾ ਹੋਣ ਜਾ ਰਹੀ ਹੈ। ਗੱਲ ਕੀਤੀ ਜਾਏ ਤਾਂ ਦੀਵਾਲੀ ਦੇ ਦਿਨ ਵੀ ਜਿਹੜੀ ਹੈ ਸਟਾਕ ਐਕਸਚੇਂਜ ਔਨ ਰੱਖੀ ਜਾਂਦੀ ਹੈ ਥੋੜੇ ਸਮੇਂ ਦੇ ਲਈ, ਪਰ ਅੱਜ ਪ੍ਰਾਣ ਪ੍ਰਤਿਸ਼ਠਾ ਹੋਣ ਜਾ ਰਹੀ ਹੈ 22 ਜਨਵਰੀ ਅੱਜ। ਤਾਂ ਲੁਧਿਆਣਾ ਸਟਾਕ ਐਕਸਚੇਂਜ, ਇਸ ਦੇ ਨਾਲ ਹੀ ਭਾਰਤ ਦੇ ਵਿੱਚ ਵੀ ਸਟਾਕ ਐਕਸਚੇਂਜ ਨੂੰ ਜਿਹੜਾ ਬੰਦ ਰੱਖਿਆ ਗਿਆ ਇਸ ਖਾਸ ਮੌਕੇ ਦੇ ਉੱਪਰ। ਤੇ ਗੱਲ ਕੀਤੀ ਜਾਏ ਤਾਂ ਅਯੋਧਿਆ ਦੇ ਵਿੱਚ ਵੀ ਵੱਡੇ ਵੱਡੇ ਫਿਲਮੀ ਸਿਤਾਰੇ, ਇਸ ਦੇ ਨਾਲ ਹੀ ਹੋਰ ਵੀ ਕਈ ਨਾਮੀ ਲੋਕ ਜਿਹੜੇ ਨੇ ਲਗਾਤਾਰ ਹੀ ਇਸ ਸਮਾਗਮ ਦਾ ਹਿੱਸਾ ਬਣਨ ਦੇ ਲਈ ਪਹੁੰਚ ਰਹੇ ਨੇ। ਤੇ ਜ਼ਰੂਰ ਹੀ ਜਿਹੜੇ ਸਟਾਕ ਐਕਸਚੇਂਜ ਦੇ ਚੇਅਰਮੈਨ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਜਾਣਾਂਗੇ ਉਹਨਾਂ ਦਾ ਇਸ ਖਾਸ ਮੌਕੇ ਤੇ ਕੀ ਕਹਿਣਾ ਹੈ ਤੇ ਸਟਾਕ ਐਕਸਚੇਂਜ ਦੇ ਵੱਲੋਂ ਇਸ ਖਾਸ ਮੌਕੇ ਨੂੰ ਕਿਸ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ। ਮੇਰਾ ਨਾਮ ਅਨੁਰਾਗ ਅਰੋੜਾ, ਮੈਂ ਮੈਂਬਰ ਰੋਜ਼ਾਨਾ ਸਟਾਕ ਐਕਸਚੇਂਜ ਹਾਂ। ਤਾਂ ਸਰ ਅੱਜ ਪੂਰੇ ਦੇਸ਼ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਦੇ ਨਾਲ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਮਨਾਇਆ ਜਾ ਰਿਹਾ, ਤੁਸੀਂ ਇਸ ਬਾਬਤ ਕੀ ਕਹਿਣਾ ਚਾਹੋਗੇ?
ਇਹ ਸਾਡੇ ਸਭ ਦੇ ਸ਼ੁਭ ਕਰਮ ਹੈ ਕਿ ਇਸ ਪੀੜ੍ਹੀ ਨੂੰ ਅੱਜ ਇਹ ਕਿਸਾਨ ਦੇਖਣ ਦਾ ਮੌਕਾ ਮਿਲ ਰਿਹਾ ਹੈ। ਸ਼ਾਇਦ ਵਾਰ ਵਾਰ ਇਹ ਕਿਸਾਨ ਕਿਸੇ ਦੀ ਜ਼ਿੰਦਗੀ 'ਚ ਆਉਂਦਾ ਨਹੀਂ ਹੈ, ਔਰ ਬਹੁਤ ਲੰਬੇ ਅੰਤਰਾਲ ਦੇ ਬਾਅਦ, ਇੱਕ ਬਹੁਤ ਲੰਬੇ ਸੰਘਰਸ਼ ਦੇ ਬਾਅਦ ਅੱਜ ਪੂਰੇ ਸਮਾਜ ਨੂੰ ਸ਼੍ਰੀ ਰਾਮ ਲੱਲਾ ਜੀ ਦੀ ਇਸ ਪ੍ਰਾਣ ਪ੍ਰਤਿਸ਼ਠਾ ਦੇ ਕਿਸਾਨ ਦਾ ਦੇਖਣ ਦਾ ਮੌਕਾ ਮਿਲ ਰਿਹਾ ਹੈ, ਔਰ ਅਸੀਂ ਸਭ ਬਹੁਤ ਭਾਗਿਆਸ਼ਾਲੀ ਹਾਂ। ਜੀ ਤਾਂ ਸਰ, ਗੱਲ ਕੀਤੀ ਜਾਏ ਤਾਂ ਸਟਾਕ ਐਕਸਚੇਂਜ ਦੇ ਵੱਲੋਂ ਇਸ ਖਾਸ ਦਿਨ ਨੂੰ ਕਿਸ ਤਰੀਕੇ ਨਾਲ ਮਨਾਇਆ ਜਾ ਰਿਹਾ? ਇਹ ਸਟਾਕ ਐਕਸਚੇਂਜ ਵੱਲੋਂ ਲੁਧਿਆਣਾ ਕੈਪੀਟਲ ਵੱਲੋਂ, ਲੁਧਿਆਣਾ ਸਿਕਿਉਰਟੀਜ਼ ਵੱਲੋਂ ਇੱਕ ਸਮੂਹਿਕ ਤੌਰ 'ਤੇ ਮੈਂਬਰਾਂ ਵੱਲੋਂ ਇੱਕ ਮਨ ਦੇ ਉਤਸ਼ਾਹ ਸੀ ਕਿ ਪ੍ਰਭੂ ਰਾਮ ਦਾ ਇਹ ਜੋ ਮਹੋਤਸਵ ਹੈ ਅਸੀਂ ਰਲ ਮਿਲ ਕੇ ਸਮਾਜ ਦੇ ਲੋਕਾਂ ਦੇ ਨਾਲ ਮਿਲ ਕੇ ਮਨਾਈਏ, ਔਰ ਇੱਕ ਸਮਾਜ ਨੂੰ ਸੰਦੇਸ਼ ਦੇਈਏ ਕਿ ਮੰਦਿਰ ਇੱਕ ਐਸੀ ਚੀਜ਼ ਬਣੀ ਹੈ ਜਿਸ ਨੇ ਇੱਕ ਸਮਾਜਿਕ, ਧਾਰਮਿਕ, ਆਰਥਿਕ ਜਗਤ ਵਿੱਚ ਇੱਕ ਬਹੁਤ ਜ਼ਿਆਦਾ ਪ੍ਰਭਾਵ ਬਣਾਇਆ ਹੈ। ਆਮ ਤੌਰ 'ਤੇ ਅਸੀਂ ਲੋਕ ਇਹ ਵਿਚਾਰ ਰੱਖਦੇ ਹਾਂ ਕਿ ਮੰਦਿਰ ਨਹੀਂ ਹੋਸਪਿਟਲ ਬਣਾਉਣਾ ਚਾਹੀਦਾ। ਅਸੀਂ ਅੱਜ ਦੇਖ ਪਾ ਰਹੇ ਹਾਂ ਕਿ ਇੱਕ ਮੰਦਿਰ ਦਾ ਉਸਾਰੀ ਦੇ ਨਾਲ ਕਿਸ ਤਰ੍ਹਾਂ ਸਮਾਜਿਕ, ਧਾਰਮਿਕ, ਰਾਜਨੀਤਿਕ ਜਾਂ ਆਰਥਿਕ ਤੌਰ 'ਤੇ ਹਿੰਦੁਸਤਾਨ ਨੇ ਪਰਿਵਰਤਨ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ, ਔਰ ਆਉਣ ਵਾਲੇ ਟਾਈਮ ਵਿੱਚ ਇਸ ਤਰ੍ਹਾਂ ਦੇ ਹੋਰ ਸ਼ੁਭ ਅਵਸਰ ਸਾਨੂੰ ਦੇਖਣ ਨੂੰ ਮਿਲੇ, ਇਹ ਸਾਡੀ ਕਾਮਨਾ ਹੈ। ਜੀ ਤਾਂ ਸਰ, ਸਟਾਕ ਐਕਸਚੇਂਜ ਦੇ ਵੱਲੋਂ ਇਸ ਖਾਸ ਦਿਨ 'ਤੇ ਜਿਵੇਂ ਅਸੀਂ ਦੇਖ ਸਕਦੇ ਹਾਂ ਕਿ ਪੂਰੇ ਦੇਸ਼ ਦੇ ਵਿੱਚ ਵੀ ਸਟਾਕ ਐਕਸਚੇਂਜ ਨੂੰ ਅੱਜ ਦੇ ਦਿਨ ਬੰਦ ਰੱਖਿਆ ਗਿਆ, ਦੀਵਾਲੀ ਵਾਲੇ ਦਿਨ ਵੀ ਸਟਾਕ ਐਕਸਚੇਂਜ ਔਨ ਹੁੰਦੀ ਹੈ। ਬਿਲਕੁਲ, ਕਿਉਂਕਿ ਜਦ ਪੂਰਾ ਦੇਸ਼ ਇਸ ਖੁਸ਼ੀ ਦੇ ਮਾਹੌਲ ਦੇ ਵਿੱਚ ਅੱਜ ਮੌਜੂਦ ਹੈ, ਔਰ ਸਟਾਕ ਐਕਸਚੇਂਜ ਵੱਲੋਂ, ਲੁਧਿਆਣਾ ਸਟਾਕ ਐਕਸਚੇਂਜ ਵੱਲੋਂ ਸਾਰਾ ਦਿਨ ਲੰਗਰ ਦੀ ਸੇਵਾ, ਸ਼ਾਮ ਨੂੰ ਦੀਪਮਾਲਾ ਦਾ ਪ੍ਰੋਗਰਾਮ ਬਣਾਇਆ ਗਿਆ ਹੈ, ਔਰ ਸਮਾਜ ਦੇ ਇੱਕ ਤਬਕੇ ਦੇ ਜੋ ਆਰਥਿਕ ਜਗਤ ਦੇ ਲੋਕਾਂ ਨੂੰ ਇਕੱਠੇ ਕਰਨ ਦੇ ਲਈ ਇਹ ਪ੍ਰਣ ਕੀਤਾ ਗਿਆ ਹੈ ਕਿ ਸਮਾਜ ਦੇ ਆਰਥਿਕ ਜਗਤ ਦੇ ਲੋਕ ਵੀ ਇਸ ਅਵਸਰ ਦੇ ਵਿੱਚ ਵੱਧ ਚੜ੍ਹ ਕੇ ਭਾਗ ਲੈਣ। ਚੇਤਨਿਆ ਪ੍ਰਕਾਸ਼, ਸਰ ਅਸੀਂ ਦੇਖ ਸਕਦੇ ਹਾਂ ਸਟਾਕ ਐਕਸਚੇਂਜ ਦੇ ਵੱਲੋਂ ਇਸ ਦਿਨ ਨੂੰ ਬੜੇ ਹੀ ਜ਼ੋਰਾਂ ਸ਼ੋਰਾਂ ਨਾਲ ਮਨਾਇਆ ਜਾ ਰਿਹਾ, ਕੀ ਕਹਿਣਾ ਚਾਹੋਗੇ? ਇਹ ਤਾਂ ਇੱਕ ਕਿਸਮ ਨਾਲ ਦੀਵਾਲੀ ਤੋਂ ਵੀ ਵੱਧ ਕੇ ਉਤਸਵ ਮਨਾਇਆ ਜਾ ਰਿਹਾ ਹੈਗਾ। ਅਸੀਂ ਤੇ ਸਾਡੀ ਪੁਰਾਣੀ ਜਨਰੇਸ਼ਨ ਨੇ ਮੰਦਰ ਟੁੱਟਦੇ ਹੋਏ ਦੇਖੇ ਸੀਗੇ। ਇਹ ਪਹਿਲੀ ਵਾਰੀ ਹੋ ਰਿਹਾ ਕਿ ਪਰਮਾਤਮਾ ਦੀ ਇੰਨੀ ਕਿਰਪਾ ਹੋਈ ਹੈ ਕਿ ਰਾਮ ਮੰਦਰ ਦਾ ਸਥਾਪਨ ਹੋ ਰਿਹਾ, ਤੇ ਸਾਡੇ ਪ੍ਰਿਯ ਮੋਦੀ ਜੀ ਉਸ 'ਚ ਸਭ ਤੋਂ ਅੱਗੇ ਲੱਗ ਕੇ ਉਹਨਾਂ ਨੇ ਜੋ ਇਹ ਕੰਮ ਕੀਤਾ ਹੈਗਾ, ਉਸ ਜਨਮ ਜਨਮ ਤੱਕ ਸਾਰੀ ਦੁਨੀਆ, ਸਾਰਾ ਦੇਸ਼ ਕਦੇ ਵੀ ਭੁੱਲ ਨਹੀਂ ਸਕਦਾ। ਬਹੁਤ ਵੱਡਾ ਸਾਡੇ ਵਾਸਤੇ ਉਤਸਵ ਦਾ ਤਿਉਹਾਰ ਹੈ। ਸ਼ਿਵ ਮੰਦਿਰ ਦੀ, ਰਾਮ ਮੰਦਿਰ ਦੀ ਉਸਾਰੀ ਜਿਹੜੀ ਕੀਤੀ ਗਈ ਹੈਗੀ ਹੈ, ਇਹ ਹਰ ਵੱਲੋਂ ਇੱਕ ਵੋਲੰਟਰੀ ਕੰਟਰੀਬਿਊਸ਼ਨ ਹੋਇਆ ਹੈਗਾ। ਮਤਲਬ ਹਰੇਕ ਨੇ, ਕਿਸੇ ਗਵਰਨਮੈਂਟ ਨੇ ਕਿਸੇ ਨੂੰ ਵੀ ਨਹੀਂ ਕਿਹਾ ਵੀ ਤੁਸੀਂ ਕੋਈ ਕੰਟਰੀਬਿਊਟ ਕਰੋ, ਇਹ ਹਰੇਕ ਵੱਲੋਂ ਆਪਣੇ ਵੱਲੋਂ ਜੋ ਵੀ ਜਿੰਨਾ ਜਿੰਨਾ ਕਰ ਸਕਦਾ ਸੀਗਾ ਉਹ ਕਰ ਰਿਹਾ ਹੈਗਾ, ਤੇ ਅੱਗੇ ਵੀ ਕਰਦਾ ਜਾਓ। ਮਤਲਬ ਬਹੁਤ ਹੀ ਵਧੀਆ, ਬਹੁਤ ਹੀ ਸਰਾਹਨੀ ਯੋਗ ਹੈ ਸਾਡੇ ਵਾਸਤੇ ਦੀਵਾਲੀ ਤੋਂ ਵੀ ਵੱਧ ਕੇ ਉਤਸਵ ਮਨਾਇਆ। ਸਾਰੀ ਫਿਰੋਜ਼ ਗਾਂਧੀ ਮਾਰਕੀਟ ਰਾਮ ਦੇ ਨਾਮ ਚ ਰੰਗੀ ਗਈ ਹੈ। ਲੋਕ ਇਸ ਵੇਲੇ ਇੰਨਾ ਖੁਸ਼ੀ ਮਹਿਸੂਸ ਕਰ ਰਹੇ ਹੈ, ਸ਼ਾਇਦ ਕਿਸੇ ਦੇ ਆਪਣੇ ਮੁੰਡੇ ਦਾ ਵਿਆਹ ਹੋਵੇ, ਘਰ 'ਚ ਕੋਈ ਪੋਤਾ ਜੰਮਿਆ ਹੋਵੇ, ਇੰਨੀ ਖੁਸ਼ੀ ਨਹੀਂ ਕਦੀ ਮਨਾਈ ਜਿੰਨੀ ਅੱਜ ਲੋਕ ਮਨਾ ਰਹੇ ਹੈ। ਹਰ ਇੱਕ ਦੇ ਘਰ 'ਚ ਵਿਆਹ ਹੋ ਰਿਹਾ, ਇੱਦਾਂ ਲੱਗ ਰਿਹਾ ਹਰ ਇੱਕ ਦਾ ਨਵਾਂ ਮਕਾਨ ਬਣ ਰਿਹਾ ਤੇ ਮਹੂਰਤ ਹੋ ਰਿਹਾ, ਹਰ ਇੱਕ ਦਾ ਕਿਸੇ ਦਾ ਮੁੰਡਾ ਵਿਆਹ ਜਾ ਰਿਹਾ ਉਹ ਓਦਾਂ ਦਾ ਮਾਹੌਲ ਬਣਿਆ, ਇਹਦੇ ਪੋਤਾ ਜੰਮਿਆ ਉਹ ਮਾਹੌਲ ਬਣ ਰਿਹਾ,
ਕਿਸੇ ਨੂੰ ਵਪਾਰ 'ਚ ਪੈਸੇ ਬਚੇ ਆ, ਉਹ ਖੁਸ਼ੀ ਹੋ ਰਹੀ ਹੈ। ਸੋ ਇਸ ਕਰਕੇ ਕੁਦਰਤ ਦੇ ਆਜ ਕ੍ਰਿਸ਼ਮੇ ਦੇ ਵਿੱਚ ਹਰ ਬੰਦੇ ਨੂੰ ਇਸ ਵੇਲੇ ਖੁਸ਼ੀ ਮਹਿਸੂਸ ਹੋ ਰਹੀ ਹੈ। ਕਿਸੇ ਦੇ ਦੁੱਖ ਸਭ ਕੱਟੇ ਜਾਣਗੇ, ਬਸ ਰਾਮ ਦਾ ਨਾਮ ਲਓ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਬਾਕੀ ਸਾਰੇ ਆਏ ਦੋਸਤਾਂ ਦਾ, ਜਿਹੜੇ ਵੀ ਸਾਡੇ ਸਟਾਕ ਸਿੰਘ ਦੇ ਮੈਂਬਰ ਹੈ, ਹੋਰ ਹੈ, ਸਭ ਦਾ ਧੰਨਵਾਦ ਕਰਦਾ ਕਿ ਜਿਹਨੇ ਅੱਜ ਦਾ ਦਿਨ ਇੰਨਾ ਇਕੱਠ ਇਕੱਠਾ ਹੋਇਆ ਇਹ ਸਭ ਦੁਨੀਆ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ।